ਤੇ ਜਦੋਂ ਬੰਦੇ ਨੂੰ ਵਿਰਾਗ ਲੱਗ ਗਿਆ, ਵਿਰਾਗੀ ਹੋ ਕੇ ਬੰਦਾ ਭਗਤੀ ਦੇ ਰਾਹ ਤੇ ਤੁਰਦਾ ਨਹੀਂ, ਬੰਦਾ ਸਾਰੀ ਜ਼ਿੰਦਗੀ ਆ ਭੰਬਲ ਭੂਸਿਆਂ ਦੇ ਵਿੱਚ ਹੀ ਫਿਰਦਾ ਰਹਿੰਦਾ। ਹੁਣ ਜੇ ਵਿਰਾਗ ਦੀ ਗੱਲ ਕੀਤੀ ਹੈ ਨਾ ਆਪਾਂ, ਤੇ ਮਹਾਤਮਾ ਬੁੱਧ ਬਾਰੇ ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ ਹੋਵੇਗਾ। ਮਹਾਤਮਾ ਬੁੱਧ ਦਾ ਪਹਿਲਾ ਨਾਮ ਸੀ ਸਿਧਾਰਥ, ਇੱਕ ਰਾਜੇ ਦਾ ਪੁੱਤਰ ਸੀ। ਮਹਾਤਮਾ ਬੁੱਧ ਦਾ ਨਾਮ ਸੀ ਪਹਿਲਾਂ ਸਿਧਾਰਥ। ਸਿਧਾਰਥ ਦੇ ਪਿਤਾ ਰਾਜੇ ਨੇ ਕਦੇ ਆਪਣੇ ਪੁੱਤ ਨੂੰ ਬਾਹਰ ਨਹੀਂ ਕੱਢਿਆ ਸੀ ਰਾਜ ਭਾਗ ਤੋਂ। ਆ ਦੁਨੀਆਂ ਦੇ ਬਾਰੇ ਤਾਂ ਕੱਖ ਦਾ ਗਿਆਨ ਨਹੀਂ ਸੀ ਉਹਦੇ ਪੁੱਤ ਨੂੰ, ਸਿਧਾਰਥ ਨੂੰ ਮਹਾਤਮਾ ਬੁੱਧ ਕਹਿੰਦੇ ਜਿਹਨੇ। ਉਹ ਸਾਧੂ ਕਿਵੇਂ ਬਣਿਆ, ਸੰਤ ਕਿਵੇਂ ਬਣਿਆ, ਵੇਖੋ ਕਮਾਲ ਦੇ ਬੱਚੇ। ਕਹਿੰਦੇ ਜਦੋਂ ਰਾਜੇ ਨੂੰ ਪਤਾ ਲੱਗਾ, ਸਿਧਾਰਥ ਦੇ ਪਿਤਾ ਨੂੰ, ਮਹਾਤਮਾ ਬੁੱਧ ਦੇ ਪਿਤਾ ਨੂੰ ਪਤਾ ਲੱਗਾ ਨਾ ਵੀ ਮੇਰੀ ਉਮਰ ਹੁਣ ਬੀਤਦੀ ਜਾਂਦੀ ਹੈ, ਵੀ ਪੁੱਤਰ ਨੂੰ ਰਾਜ ਤੇ ਦੇਣਾ ਪਏਗਾ ਆਖਰ ਨੂੰ, ਬੜਾ ਸਮਾਂ ਹੋ ਗਿਆ ਮੇਰਾ ਪੁੱਤਰ ਮਹਿਲਾਂ ਤੋਂ ਕਦੇ ਬਾਹਰ ਨਹੀਂ ਨਿਕਲ ਕੇ ਵੇਖਿਆ, ਕਿਉਂ ਨਾ ਹੁਣ ਪੁੱਤਰ ਨੂੰ ਮਾੜਾ ਮੋਟਾ ਬਾਹਰ ਘੁੰਮਣ ਵਾਸਤੇ ਭੇਜਿਆ ਕਰਾਂ। ਜਦੋਂ ਬਾਹਰ ਜਾਵੇਗਾ ਤੇ ਮੇਰੇ ਪੁੱਤਰ ਨੂੰ ਆ ਰਾਜਨੀਤੀ ਦਾ ਪਤਾ ਲੱਗੇਗਾ ਮਾੜਾ ਮੋਟਾ। ਚਲੋ ਜੀ, ਰਾਜੇ ਨੇ ਆਪਣੇ ਪੁੱਤਰ ਸਿਧਾਰਥ ਨੂੰ ਬਾਹਰ ਭੇਜਿਆ, ਰੱਥ ਦੇ ਕੇ ਭੇਜਿਆ। ਰੱਥ ਚਲਾਉਣ ਵਾਲਾ ਸਾਰਥੀ ਅਲੱਗ ਸੀ, ਮਹਾਤਮਾ ਬੁੱਧ ਰੱਥ ਦੇ ਉੱਪਰ ਬੈਠਾ ਰਾਜਾ ਬਣਿਆ। ਪਹਿਲੇ ਦਿਨ ਗਏ ਬਾਹਰ, ਕਹਿੰਦੇ ਮਹਿਲਾਂ ਤੋਂ। ਵੇਖੋ ਵਿਰਾਗ, ਵਿਰਾਗ ਆਪਾਂ ਸ਼ਬਦ ਵਰਤਿਆ ਨਾ ਵੀ ਵਿਰਾਗ ਜਦੋਂ ਬੰਦੇ ਨੂੰ ਲੱਗਦਾ ਉਦੋਂ ਭਗਤੀ ਕਰਦਾ ਬੰਦਾ। ਹੁਣ ਜਦੋਂ ਸਿਧਾਰਥ ਮਹਾਤਮਾ ਬੁੱਧ ਨਿਕਲਿਆ ਘਰ ਤੋਂ ਬਾਹਰ ਪਹਿਲੇ ਦਿਨ, ਰੱਥ ਤੁਰਿਆ ਜਾ ਰਿਹਾ ਰਸਤੇ ਤੇ, ਤੁਰਿਆ ਜਾ ਰਿਹਾ ਰਸਤੇ ਵਿੱਚ ਰੱਥ, ਜਿਹੜਾ ਰੱਥ ਚਲਾਉਣ ਵਾਲਾ ਸਾਰਥੀ ਸੀ ਉਹਨੇ ਰੱਥ ਰੋਕਿਆ, ਘੋੜੇ ਨੂੰ ਰੋਕਿਆ। ਮਹਾਤਮਾ ਬੁੱਧ ਜੀ ਕਹਿਣ ਲੱਗੇ, ਸਾਰਥੀ ਕੀ ਗੱਲ, ਰੱਥ ਕਿਉਂ ਰੋਕਿਆ? ਉਹ ਜਿਹੜਾ ਘੋੜਾ ਚਲਾਉਣ ਵਾਲਾ, ਰੱਥ ਚਲਾਉਣ ਵਾਲਾ ਸਾਰਥੀ ਸੀ ਨਾ, ਬੜਾ ਸਮਝਦਾਰ ਸੀ। ਜਦੋਂ ਘੋੜਾ ਦੇਖਿਆ ਵੀ ਰੁਕ ਗਿਆ ਤੇ ਸਾਹਮਣੇ ਕੀ ਦੇਖਿਆ, ਇੱਕ ਬਜ਼ੁਰਗ ਜਾ ਰਿਹਾ ਸੀ, ਹੱਥ ਵਿੱਚ ਸੋਟੀ ਫੜੀ ਹੈ, ਸਰੀਰ ਦੇ ਵਿੱਚ ਕੁੱਭ ਪਿਆ ਹੈ। ਬਹੁਤ ਬਜ਼ੁਰਗ ਦੇਖਦੇ ਆ ਜਿਨ੍ਹਾਂ ਦੇ ਉਮਰ ਜਦੋਂ ਵੱਡੀ ਹੋ ਜਾਂਦੀ ਤੇ ਕੁੱਭ ਪੈ ਜਾਂਦਾ ਜੀ ਸਰੀਰ ਵਿੱਚ, ਕਿਉਂਕਿ ਇਹ ਅਵਸਥਾ ਹੀ ਇਹੋ ਜਿਹੀ ਹੈ। ਹੁਣ ਜਦੋਂ ਬੁੱਢਾ ਤੁਰਿਆ ਜਾ ਰਿਹਾ, ਬਜ਼ੁਰਗ ਤੁਰਿਆ ਜਾ ਰਿਹਾ ਸੜਕ ਦੇ ਵਿਚਾਲੇ, ਉਹ ਸਾਰਥੀ ਨੇ ਰੱਥ ਰੋਕਿਆ। ਮਹਾਤਮਾ ਬੁੱਧ ਕਹਿੰਦਾ ਵੀ ਰੱਥ ਕਿਉਂ ਰੋਕਿਆ? ਉਹ ਸਾਰਥੀ ਕਹਿਣ ਲੱਗਾ, ਮਹਾਤਮਾ ਜੀ ਸਾਹਮਣੇ ਬਜ਼ੁਰਗ ਜਾ ਰਹੇ ਨੇ, ਬੁੱਢਾ ਆਦਮੀ ਜਾ ਰਿਹਾ ਹੈ, ਉਹ ਰਾਜੇ ਦਾ ਪੁੱਤਰ ਪਹਿਲੀ ਵਾਰ ਬਾਹਰ ਨਿਕਲਿਆ ਸੀ, ਕਹਿੰਦਾ ਬੁੱਢਾ ਕੌਣ ਹੁੰਦਾ ਹੈ? ਕਹਿੰਦਾ ਜੀ ਜਿਸ ਬੰਦੇ ਦੀ ਬਚਪਨ ਦੀ ਉਮਰ ਲੰਘ ਗਈ ਹੋਵੇ, ਸਾਰਥੀ ਦੱਸਦਾ ਮਹਾਤਮਾ ਬੁੱਧ ਨੂੰ, ਜਿਹਦਾ ਬਚਪਨ ਲੰਘ ਗਿਆ ਹੋਵੇ, ਜਵਾਨੀ ਢਲ ਗਈ ਹੋਵੇ, ਜਵਾਨੀ ਢਲ ਕੇ ਅੱਧਖੜ ਉਮਰ ਵੀ ਲੰਘ ਗਈ ਹੋਵੇ, ਜਦੋਂ ਐਨ ਸਿਰੇ ਦੀ ਸਟੇਜ, ਦਸਵੀਂ ਸਟੇਜ, ਜਿਵੇਂ ਬਾਣੀ ਵਿੱਚ ਦੱਸਿਆ ਨਾ ਮਹਾਰਾਜ ਨੇ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸ਼ੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਣ ਨਾਸ, ਨੌਵੇਂ ਧੌਲੇ ਉੱਭੇ ਸਾਂ, ਦਸਵੇਂ ਦੱਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ
ਮਨਮੁਖ ਅੰਧ ਪਿਆਰ ਬਾਜ ਗੁਰੂ ਡੱਬਾ ਸਵਾਸਾ। ਆਹ ਬਚਨ ਹੈ ਗੁਰੂ ਨਾਨਕ ਸਾਹਿਬ ਦੇ ਸ੍ਰੀ ਰਾਗ ਦੇ ਵਿੱਚ ਪਹਿਰਿਆਂ ਕੇ ਕਰਗਾ ਵਿੜਾ ਵਿੱਚ। ਤੋ ਗੁਰੂ ਸਾਹਿਬ ਕਿਰਪਾ ਕਰਨ ਕਹਿੰਦੇ ਜਦੋਂ ਮਹਾਤਮਾ ਬੁੱਧ ਪੁੱਛਦਾ ਉਹ ਸਾਰਥੀ ਨੂੰ ਵੀ ਬੁੱਢਾ ਕੌਣ ਹੁੰਦਾ, ਕਹਿੰਦਾ ਜਿਹਦੀ ਉਮਰ ਲੰਘ ਜਾਵੇ ਇਹ ਬਜ਼ੁਰਗ ਅਵਸਥਾ ਆ ਜਾਂਦੀ, ਉਹਨੂੰ ਬੁੱਢਾ ਕਹਿੰਦੇ ਨੇ, ਉਹਨੂੰ ਬਜ਼ੁਰਗ ਕਹਿੰਦੇ ਨੇ। ਅੱਛਾ ਜੀ, ਮਹਾਤਮਾ ਬੁੱਧ ਆਪਣੇ ਸਾਰਥੀ ਨੂੰ ਪੁੱਛਦਾ ਕਹਿੰਦਾ ਇਹ ਬਜ਼ੁਰਗੀ ਅਵਸਥਾ ਕਿੰਨਾ ਕਿੰਨਾ ਤੇ ਆਉਂਦੀ ਹੈ, ਵੀ ਬੁਢੇਪਾ ਕਿਹਦੇ ਕਿਹਦੇ ਤੇ ਆਉਂਦਾ ਹੈ। ਉਹ ਸਾਰਥੀ ਬੜਾ ਸਿਆਣਾ ਸੀ, ਕਹਿੰਦਾ ਮਹਾਤਮਾ ਜੀ ਸਿਧਾਰਥ ਜੀ, ਇਹ ਜਿਹੜੀ ਬਜ਼ੁਰਗੀ ਅਵਸਥਾ ਹੈ ਇਹ ਮੇਰੇ ਤੇ ਵੀ ਆ ਸਕਦੀ ਹੈ, ਤੁਹਾਡੇ ਤੇ ਵੀ ਆਵੇਗੀ, ਇਹ ਦੁਨੀਆ ਦੇ ਹਰੇਕ ਬੰਦੇ ਤੇ ਆ ਸਕਦੀ ਹੈ ਬਜ਼ੁਰਗੀ ਅਵਸਥਾ। ਗੱਲ ਵਿਰਾਗ ਤੋਂ ਤੋਰੀ ਆਪਾਂ, ਮਹਾਤਮਾ ਬੁੱਧ ਕਹਿੰਦਾ ਸਾਰਥੀ ਰੱਥ ਪੁੱਠਾ ਮੋੜ ਲੈ, ਵਿਰਾਗ ਲੱਗ ਗਿਆ ਵੀ ਜੇ ਬਜ਼ੁਰਗੀ ਆ ਸਕਦੀ ਹੈ ਮੇਰੇ ਤੇ ਵੀ ਆ ਸਕਦੀ ਹੈ ਤੇਰੇ ਤੇ ਵੀ ਆ ਸਕਦੀ ਹੈ, ਫਿਰ ਭਗਤੀ ਤੋਂ ਹੀਣੇ ਕਿਉਂ ਫਿਰਦੇ ਆਪਾਂ। ਵਿਰਾਗ ਲੱਗ ਗਿਆ ਮਹਾਤਮਾ ਬੁੱਧ ਨੂੰ, ਰਾਜੇ ਦੇ ਪੁੱਤਰ ਨੂੰ, ਕਹਿੰਦਾ ਰੱਥ ਪੁੱਠਾ ਮੋੜ ਲੈ, ਮੈਂ ਬੁੱਢਾ ਹੋ ਗਿਆ। ਕਹਿੰਦਾ ਭਾਵੇਂ ਜਵਾਨ ਸੀ ਪਰ ਮਨ ਤੇ ਬੜੀ ਸੱਟ ਵੱਜੀ ਵੀ ਮੇਰੇ ਤੇ ਵੀ ਆਹ ਅਵਸਥਾ ਆਵੇਗੀ। ਕਹਿੰਦਾ ਰੱਥ ਪੁੱਠਾ ਮੋੜ ਲੈ, ਮਹਿਲਾਂ ਵਿੱਚ ਚਲਾ ਗਿਆ। ਦੂਜੇ ਦਿਨ ਫਿਰ ਰੱਥ ਲੈ ਕੇ ਬਾਹਰ ਨਿਕਲੇ, ਦੂਜੇ ਦਿਨ ਕੀ ਦੇਖਦੇ ਆ, ਰਸਤੇ ਵਿੱਚ ਇੱਕ ਮਰੀਜ਼ ਪਿਆ, ਇੱਕ ਦੁਖੀ ਪ੍ਰਾਣੀ ਪਿਆ ਜਿਹਦੇ ਸਰੀਰ ਨੂੰ ਬੜੇ ਰੋਗ ਲੱਗੇ ਹੋਏ ਨੇ, ਔਰ ਉਹਦੇ ਆਸੇ ਪਾਸੇ ਸਕੇ ਸੰਬੰਧੀ ਭੈਣ ਭਰਾ ਬੈਠੇ ਨੇ। ਦੇਖਦੇ ਆ ਨਾ ਕੋਈ ਬੰਦਾ ਕੋਈ ਪ੍ਰਾਣੀ ਢਿੱਲਾ ਮੱਠਾ ਹੋਵੇ ਤੇ ਰਿਸ਼ਤੇਦਾਰ ਸੰਬੰਧੀ ਆ ਕੇ ਬਹਿੰਦੇ ਨੇ। ਹੁਣ ਜਦੋਂ ਰੱਥ ਉਸ ਦੁਖੀ ਬੰਦੇ ਦੇ ਕੋਲ, ਬਿਮਾਰ ਬੰਦੇ ਦੇ ਕੋਲ ਪਹੁੰਚਿਆ, ਸਾਰਥੀ ਨੇ ਫਿਰ ਰੱਥ ਰੋਕਿਆ। ਮਹਾਤਮਾ ਬੁੱਧ ਕਹਿਣ ਲੱਗਾ ਸਾਰਥੀ ਰੱਥ ਕਿਉਂ ਰੋਕਿਆ? ਕਹਿੰਦਾ ਜੀ ਅੱਗੇ ਕੋਈ ਦੁਖੀ ਬੰਦਾ ਪਿਆ ਆ, ਰੋਗੀ ਬੰਦਾ ਪਿਆ ਆ। ਮਹਾਤਮਾ ਬੁੱਧ ਕਹਿਣ ਲੱਗਾ ਰੋਗੀ ਕੌਣ ਹੁੰਦਾ? ਉਹ ਸਾਰਥੀ ਕਹਿਣ ਲੱਗਾ ਜੀ ਜਿਸ ਬੰਦੇ ਦੇ ਸਰੀਰ ਨੂੰ ਕੋਈ ਦੁੱਖ ਚਿੰਬੜ ਜਾਵੇ, ਜਿਸ ਨੂੰ ਕੋਈ ਬਿਮਾਰੀ ਲੱਗ ਜਾਵੇ ਉਹਨੂੰ ਕਹਿੰਦੇ ਨੇ ਰੋਗੀ। ਮਹਾਤਮਾ ਬੁੱਧ ਪੁੱਛਦਾ ਸਾਰਥੀ ਇਹ ਰੋਗ ਕਿਹਨੂੰ ਕਿਹਨੂੰ ਲੱਗਦੇ ਨੇ? ਕਹਿੰਦਾ ਮੈਨੂੰ ਵੀ ਲੱਗੇਗਾ ਰੋਗ, ਤੁਹਾਨੂੰ ਵੀ ਲੱਗਣਗੇ ਰੋਗ, ਆ ਦੁਨੀਆਂ ਦੇ ਸਾਰੇ ਲੋਕਾਂ ਨੂੰ ਰੋਗ ਲੱਗਣਗੇ। ਮਹਾਤਮਾ ਬੁੱਧ ਦੇ ਮਨ ਨੂੰ ਉੱਥੇ ਫਿਰ ਸੱਟ ਵੱਜੀ, ਕਹਿੰਦਾ ਸਾਰਥੀ ਆ ਰੱਥ ਪੁੱਠਾ ਮੋੜ ਲੈ, ਮੈਂ ਰੋਗੀ ਹੋ ਗਿਆ। ਸੱਟ ਵੱਜ ਗਈ, ਮਨ ਨੂੰ ਵਿਰਾਗ ਲੱਗ ਗਿਆ, ਰੱਥ ਘਰ ਲੈ ਕੇ ਮਹਿਲਾਂ ਵਿੱਚ। ਤੀਸਰੇ ਦਿਨ ਫਿਰ ਗਏ ਕਹਿੰਦੇ ਰੱਥ ਲੈ ਕੇ, ਅੱਜ ਨਾ ਤੇ ਕੋਈ ਬੁੱਢਾ ਟੱਕਰਿਆ ਨਾ ਕੋਈ ਬਿਮਾਰ ਬੰਦਾ ਟੱਕਰਿਆ, ਅੱਜ ਕਹਿੰਦੇ ਇੱਕ ਮੁਰਦਾ ਜਾ ਰਿਹਾ, ਕਿਸੇ ਮੁਰਦੇ ਬੰਦੇ ਦੇ ਸਰੀਰ ਨੂੰ ਚੁੱਕ ਕੇ ਲਈ ਜਾ ਰਹੇ ਨੇ ਕਈ ਪ੍ਰਾਣੀ, ਰਾਮ ਨਾਮ ਸੱਤ ਹੈ ਕਹਿੰਦੇ ਤੁਰੇ ਜਾ ਰਹੇ ਨੇ। ਉਹ ਸਾਰਥੀ ਨੇ ਤੀਜੇ ਦਿਨ ਫਿਰ ਕਹਿੰਦੇ ਇੱਕ ਲਾਸ਼ ਜਾ ਰਹੀ, ਇੱਕ ਮੁਰਦਾ ਜਾ ਰਿਹਾ ਸ਼ਮਸ਼ਾਨ ਘਾਟ ਵੱਲ ਨੂੰ, ਰੱਥ ਰੋਕਿਆ ਉਹਨੂੰ ਦੇਖ ਕੇ। ਕਹਿੰਦਾ ਸਾਰਥੀ ਰੱਥ ਕਿਉਂ ਰੋਕਿਆ? ਕਹਿੰਦਾ ਜੀ ਅੱਗੇ ਮੁਰਦਾ ਜਾ ਰਿਹਾ। ਮਹਾਤਮਾ ਬੁੱਧ ਕਹਿਣ ਲੱਗਾ ਮੁਰਦਾ ਕੌਣ ਹੁੰਦਾ? ਕਹਿੰਦਾ ਜਿਸ ਬੰਦੇ ਦੇ ਸਰੀਰ ਵਿੱਚੋਂ ਪ੍ਰਾਣ ਪਖੇਰੂ ਨਿਕਲ ਜਾਣ, ਆਤਮਾ ਆਤਮਾ ਵੱਖਰੀ ਹੋ ਜਾਵੇ ਸਰੀਰ ਦੇ ਵਿੱਚੋਂ, ਉਹਨੂੰ ਕਹਿੰਦੇ ਨੇ ਮੁਰਦਾ। ਤੇ ਮੁਰਦਾ ਜਾ ਰਿਹਾ ਸਾਹਮਣੇ, ਮੌਤ ਆ ਗਈ ਇਸ ਬੰਦੇ ਨੂੰ। ਮਹਾਤਮਾ ਬੁੱਧ ਕਹਿਣ ਲੱਗਾ ਮੌਤ ਕਿਹਨੂੰ ਕਿਹਨੂੰ ਆਉਂਦੀ ਹੈ? ਤੇ ਸਾਧ ਸੰਗਤ ਜੀ
ਉਹ ਸਾਰਥੀ ਰੱਥ ਚਲਾਉਣ ਵਾਲਾ ਬੜਾ ਸਮਝਦਾਰ ਸੀ, ਕਹਿੰਦਾ ਮਹਾਤਮਾ ਜੀ ਇਹ ਮੌਤ ਮੈਨੂੰ ਵੀ ਆਵੇਗੀ ਇੱਕ ਦਿਨ ਤੇ ਤੁਹਾਨੂੰ ਵੀ ਮੌਤ ਆਵੇਗੀ ਇੱਕ ਦਿਨ, ਆ ਦੁਨੀਆਂ ਦੇ ਸਾਰੇ ਲੋਕਾਂ ਨੇ ਮਰਨਾ ਇੱਕ ਦਿਨ। ਤੇ ਸਾਧ ਸੰਗਤ ਜੀ ਮਹਾਤਮਾ ਬੁੱਧ ਦੇ ਮਨ ਤੇ ਫਿਰ ਸੱਟ ਵੱਜੀ, ਕਹਿੰਦਾ ਰੱਥ ਪੁੱਠਾ ਮੋੜ ਲੈ। ਕਹਿੰਦਾ ਜੀ ਕਿਉਂ? ਮਹਾਤਮਾ ਬੁੱਧ ਸਿਧਾਰਥ ਕਹਿਣ ਲੱਗਾ, ਕਹਿੰਦਾ ਮੈਂ ਮਰ ਗਿਆ, ਮੈਨੂੰ ਮੌਤ ਆ ਗਈ ਹੈ, ਵੈਰਾਗੀ ਹੋ ਗਿਆ, ਮਨ ਮਹਿਲਾਂ ਵਿੱਚ ਚਲਾ ਗਿਆ। ਚੌਥੇ ਦਿਨ ਗਏ, ਚੌਥੇ ਦਿਨ ਕਹਿੰਦੇ ਨਾ ਤੇ ਕੋਈ ਬਜ਼ੁਰਗ ਆਦਮੀ ਟੱਕਰਿਆ, ਨਾ ਰੋਗੀ, ਨਾ ਕੋਈ ਮਰਦਾ, ਅੱਜ ਰੱਬ ਦਾ ਪਿਆਰਾ ਭਗਤੀ ਕਰਦਾ ਰਾਹ ਵਿੱਚ ਨਜ਼ਰ ਆਇਆ। ਕੋਈ ਸਾਧੂ ਸੰਤ ਫਕੀਰ ਦਿਸਿਆ, ਉਹਨਾਂ ਫਿਰ ਰੋਕਿਆ, ਰੱਥ ਰੋਕਿਆ, ਸਾਰਥੀ ਨੂੰ ਕਹਿੰਦਾ ਸਾਰਥੀ ਅੱਜ ਕਿਉਂ ਰੱਥ ਰੋਕਿਆ? ਉਹ ਸਾਰਥੀ ਕਹਿਣ ਲੱਗਾ, ਕਹਿੰਦਾ ਜੀ ਸਾਹਮਣੇ ਰੱਬ ਦੇ ਪਿਆਰੇ ਬੈਠੇ ਨੇ, ਮਹਾਤਮਾ ਮਹਾਂਪੁਰਸ਼ ਬੈਠੇ ਨੇ, ਬੰਦਗੀ ਕਰ ਰਹੇ ਨੇ। ਮਹਾਤਮਾ ਬੁੱਧ ਕਹਿਣ ਲੱਗਾ ਜੇ ਰੱਬ ਦਾ ਨਾਮ ਲੈ ਰਹੇ ਨੇ ਇਹ, ਕੀ ਗੱਲ ਇਹਨਾਂ ਨੂੰ ਮੌਤ ਨਹੀਂ ਆਉਂਦੀ, ਇਹਨਾਂ ਨੂੰ ਰੋਗ ਨਹੀਂ ਲੱਗਦੇ, ਇਹਨਾਂ ਤੇ ਬਜ਼ੁਰਗੀ ਨਹੀਂ ਆਉਂਦੀ? ਉਹ ਰੱਥ ਚਲਾਉਣ ਵਾਲਾ ਸਾਰਥੀ ਕਹਿੰਦਾ ਜੀ ਇਹਨਾਂ ਨੂੰ ਮੌਤ ਵੀ ਆਵੇਗੀ, ਇਹਨਾਂ ਨੂੰ ਰੋਗ ਵੀ ਲੱਗਣਗੇ, ਇਹਨਾਂ ਤੇ ਬਜ਼ੁਰਗੀ ਅਵਸਥਾ ਵੀ ਆਵੇਗੀ, ਪਰ ਰੱਬ ਦੀ ਬੰਦਗੀ ਕਰਕੇ ਭਗਤੀ ਕਰਕੇ ਇਹ ਤਿੰਨੋਂ ਚੀਜ਼ਾਂ ਤੋਂ ਉੱਪਰ ਉੱਠ ਗਏ ਨੇ। ਇਹਨਾਂ ਨੂੰ ਨਾ ਤੇ ਬਜ਼ੁਰਗੀ ਦੀ ਪਰਵਾਹ, ਇਹ ਵੀ ਅਸੀਂ ਬੁੱਢੇ ਹੋ ਗਏ ਤੇ ਕੋਈ ਪਰਵਾਹ ਨਹੀਂ ਇਹਨਾਂ ਨੂੰ, ਕਿਉਂਕਿ ਇਹ ਆਪਣਾ ਕੰਮ ਪੂਰਾ ਕਰ ਚੁੱਕੇ ਨੇ ਭਗਤੀ ਕਰਕੇ ਜਿਹੜਾ ਕੰਮ ਕਰਨ ਆਏ ਸੀ। ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ, ਉਹ ਆਪਣਾ ਕੰਮ ਪੂਰਾ ਕਰ ਗਏ ਤੇ ਨਾ ਇਹਨਾਂ ਨੂੰ ਮੌਤ ਤੋਂ ਡਰ ਹੈ। ਵੀ ਜਿਵੇਂ ਅਸੀਂ ਮੌਤ ਤੋਂ ਡਰਦੇ ਹਾਂ ਨਾ ਪਿਆਰਿਓ, ਜਿਹੜੀ ਭਗਤੀ ਕਰਨ ਵਾਲੇ ਹੁੰਦੇ ਨੇ, ਬੰਦਗੀ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਨੂੰ ਕਦੇ ਵੀ ਮੌਤ ਦਾ ਡਰ ਨਹੀਂ ਹੁੰਦਾ, ਉਹ ਤੇ ਮੌਤ ਨੂੰ ਮੂੰਹ ਮੰਗ ਕੇ ਲੈਂਦੇ ਨੇ।